अज हुशियारपुर के हलका शाम चौरासी पहुंचे पंजाब के सीएम चरणजीत सिंह चन्नी, जिथे उन्होंने महाराणा प्रताप सरकारी कॉलेज का उद्घाटन किया। इस मौके सीएम चन्नी ने मीडिया नाल गलबात करदिया कहा कि बसपा ने अपने हितों नूं अकाली दल कोल गिरवी रख दिता है, जिस विच उसने 117 विचों सिर्फ 20 सीटां लईआं ने। इस मौके केजरीवाल बारे बोलदिया उन्होंने कहा कि केजरीवाल ने बिक्रमजीत सिंह मजीठिया तो लिखती मुआफ़ी मंगी सी, पर पंजाब सरकार ने हुण मजीठिया ते परचा किया, तो आम आदमी पार्टी का हुण की स्टैंड है। ਪਹਿਲਾਂ ਤੋਂ ਕਹਿ ਰਹੇ ਸੀ ਡਰੱਗ ਮਾਫੀਆ 'ਤੇ ਕਾਰਵਾਈ ਨਹੀਂ ਹੋ ਰਹੀ, ਹੁਣ ਡਰੱਗ ਮਾਫੀਆ 'ਤੇ ਜੇ ਤੁਸੀਂ ਕਾਰਵਾਈ ਕੀਤੀ ਹੈ ਸਰਕਾਰ ਨੇ, ਅਤੇ ਹੁਣ ਉਹਨਾਂ ਦੇ ਨਾਲ ਇਹਦੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਬਹੁਜਨ ਸਮਾਜ ਪਾਰਟੀ ਨੇ ਆਪਣੇ ਹਿੱਤਾਂ ਨੂੰ ਅਕਾਲੀ ਦਲ ਕੋਲ ਗਿਰਵੀ ਰੱਖ ਦਿੱਤਾ ਹੈ। ਉਹਨਾਂ ਨੇ ਪਹਿਲਾਂ ਤਾਂ 117 ਸੀਟਾਂ 'ਚੋਂ ਸਿਰਫ 20 ਸੀਟਾਂ ਲਈਆਂ, ਫਿਰ 20 ਸੀਟਾਂ ਪਰ ਵੀ 13 ਕੈਂਡੀਡੇਟ ਅਕਾਲੀ ਦਲ 'ਚੋਂ ਲਿਆ ਕੇ ਖੜ੍ਹੇ ਕੀਤੇ ਹੈ। ਇਹਦਾ ਮਤਲਬ ਇਹ ਹੈ ਕਿ ਟੋਟਲ ਬਹੁਜਨ ਸਮਾਜ ਪਾਰਟੀ ਦੇ ਹਿੱਤ ਹੈ ਜਿਹੜੇ ਅਕਾਲੀ ਦਲ ਨੇ ਖਰੀਦ ਲਏ ਹੈ। ਇਹ ਇੱਕ ਬੜੀ ਮੰਦਭਾਗੀ ਘਟਨਾ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਗੋਡੇ ਅਕਾਲੀਆਂ ਦੇ ਮੂਹਰੇ ਟੇਕਦੇ ਹੈ, ਔਰ ਨਸ਼ੇ ਵਰਗੇ ਸੈਂਸਿਟਿਵ ਇਸ਼ੂ 'ਤੇ ਵੀ ਉਹ ਬੋਲਦੇ ਨਹੀਂ। ਨਸ਼ੇ ਵਰਗੇ ਸੈਂਸਿਟਿਵ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਇਹਨਾਂ ਨੇ ਰਿਟਰਨ ਮਾਫੀ ਮੰਗੀ ਸੀ ਵੀ ਸਾਡੇ। ਮੈਂ ਅੱਜ ਵੀ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਿਖਾਇਆ ਹੈ, ਆਮ ਆਦਮੀ ਪਾਰਟੀ ਦੇ ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਦੇ ਲੈਟਰ ਪੈਡ 'ਤੇ ਪਾਰਟੀ ਵੱਲੋਂ ਔਰ ਆਪਣੇ ਵੱਲੋਂ ਉਹਨੇ ਬਿਕਰਮ ਸਿੰਘ ਜੀਤ ਸਿੰਘ ਮਜੀਠੀਆ ਤੋਂ ਮਾਫ਼ੀ ਲਿਖਤੀ ਮੰਗੀ ਹੈ, ਜਿਹੜੀ ਕਿ ਹੁਣ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਹੁਣ ਜਦ ਬਿਕਰਮ ਮਜੀਠੀਆ 'ਤੇ ਅਸੀਂ ਪਰਚਾ ਦਰਜ ਕੀਤਾ, ਇਹਨਾਂ ਦਾ ਪਾਰਟੀ ਦਾ ਆਮ ਆਦਮੀ ਦਾ ਕੇਜਰੀਵਾਲ ਦਾ ਸਟੈਂਡ ਕਿਆ ਹੈ, ਔਰ ਉਹ ਮਾਫ਼ੀ ਮੰਗਣ ਪੰਜਾਬ ਦੇ ਲੋਕਾਂ ਤੋਂ ਕਿ ਪਹਿਲਾਂ ਉਹਨਾਂ ਨੇ ਜਿਹੜੇ ਦੋਸ਼ ਲਾਏ ਸੀ ਉਹ ਵਾਪਸ ਲਏ ਹੈ, ਮਾਫ਼ੀ ਮੰਗੀ ਹੈ, ਇਹ ਉਹਨਾਂ ਨੇ ਕਰਨ ਕਰਨਾ ਸੀ।